ਜਦੋਂ ਅਸੀਂ ਛੋਟੇ ਹੁੰਦੇ ਸੀ ਤੀਵੀ ਤਾਂ ਹੁੰਦੇ ਨਹੀਂ ਸੀ ਬਜ਼ੁਰਗ ਫਿਰ ਸਾਨੂੰ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਔਰ ਤਕਰੀਬਨ ਹਰ ਇੱਕ ਕਹਾਣੀ ਇਸ ਲਾਈਨ ਨਾਲ ਸ਼ੁਰੂ ਹੁੰਦੀ ਸੀ ਕਿ ਇੱਕ ਸੀ ਰਾਜਾ ਔਰ ਜੇ ਰਾਜਾ ਚੰਗਾ ਹੈ ਤਾਂ ਪ੍ਰਜਾ ਸੁખી ਹੁੰਦੀ ਸੀ ਔਰ ਜੇ ਪ੍ਰਜਾ ਦੁਖੀ ਹੈ ਤਾਂ ਇਹਦਾ ਮਤਲਬ ਹਮੇਸ਼ਾ ਇਹ ਹੁੰਦਾ ਸੀ ਕਿ ਰਾਜਾ ਦੋਸ਼ਟ ਹੈ ਉਹ ਭ੍ਰਿਸ਼ਟਾਚਾਰੀ ਹੈ ਉਹ ਵਿਵਾਚਾਰੀ ਹੈ ਔਰ ਉਸਨੂੰ ਹਟਾਉਣ ਵਾਸਤੇ ਕੋਈ ਨਾ ਕੋਈ ਰਾਜਕੁਮਾਰ ਆਉਂਦਾ ਸੀਗਾ ਔਰ ਜਨਤਾ ਫੇਰ ਉਹ ਸੁਖ ਦੇ ਰਾਜ ਉੱਤੇ ਪੈ ਜਾਂਦੀ ਸੀ ਮੈਂ ਅੱਜ ਜਿਹੜੇ ਰਾਜੇ ਦੀ ਗੱਲ ਕਰਨ ਲੱਗਿਆ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਮੈਂ ਗੱਲ ਕਰ ਰਿਹਾ ਹਾਂ শ্রীলঙ্কা ਦੀ ਉੱਥੇ ਇੱਕ ਪਰਿਵਾਰ ਹੈ ਜਿਹਦਾ ਨਾਮ ਹੈ ਰਾਜਾ ਪਕਸੇ ਪਰਿਵਾਰ ਔਰ ਉਹਦਾ ਸਭ ਤੋਂ ਵੱਡਾ ਰਾ ਉਹਦੇਦਾਰ ਹੈ that is ਮਹਿੰਦਾ ਰਾਜਾ ਪਕਸੇ ਔਰ ਇਹੇ ਇਸ ਵੇਲੇ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਸੀਗਾ ਉਹਦਾ ਭਰਾ ਸੀ ਗੋਟਾ ਵਾਇਆ ਰਾਜਾ ਪਖਸੇ ਜਿਹੜਾ ਕਿ ਦੇਸ਼ ਦਾ ਰਾਸ਼ਟਰਪਤੀ ਸੀ तकरीबन ਇਸ ਪਰਿਵਾਰ ਨੇ ਪਿਛਲੇ 15-20 ਸਾਲ ਤੋਂ ਦੇਸ਼ ਦੇ ਉੱਤੇ ਰਾਜ ਕੀਤਾ ਇਹਨਾਂ ਦਾ ਪਿਓ ਵੀ ਉਹ ਵੀ ਇੱਕ ਰਾਜਨੀਤਿਕ ਸੀਗਾ ਔਰ ਉਹ ਕੋਈ 18 ਸਾਲ ਐਮਪੀ ਰਹਾ ਉਸ ਤੋਂ ਬਾਅਦ ਡਿਪਟੀ ਸਪੀਕਰ ਬਣਿਆ ਉਸ ਤੋਂ ਬਾਅਦ ਇਸ ਪਰਿਵਾਰ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 15-20 ਸਾਲ ਰਾਜ ਕੀਤਾ ਪਿਛਲੇ ਦਿਨੀ ਹੁਣੇ ਹੀ ਗੋਟਾ ਪਾਇਆ ਰਾਜਾ ਪੱਖ ਸੇ ਜਿਹੜਾ ਕਿ ਦੇਸ਼ ਦਾ ਰਾਸ਼ਟਰਪਤੀ ਸੀਗਾ ਉਹ ਦੇਸ਼ ਤੋਂ ਭੱਜ ਗਿਆ ਔਰ ਜਾ ਕੇ ਸਿੰਗਾਪੁਰ ਦੇ ਵਿੱਚ ਜਾ ਕੇ ਉਹਨੇ ਸ਼ਰਨ ਲਈਤੀ ਤੁਸੀਂ ਕਹੋਗੇ ਇਸ শ্রীলੰਕਾ ਵਿੱਚ ਕਿੱਥੋਂ ਆ ਗਿਆ ਔਰ শ্রীলੰਕਾ ਦੀ ਗੱਲ ਜਨਾਬ ਤੁਸੀਂ ਕਿੱਥੋਂ ਕਰਨ ਲੱਗ ਗਏ ਮੈਂ ਜੇ ਗੱਲ ਕਰ ਰਿਹਾ ਤਾਂ ਮੈਂ ਗੱਲ ਕਰ ਰਿਹਾ ਪੰਜਾਬ ਦੇ ਮੁੱਦੇ ਨਾਲ ਇਹਦਾ ਕੀ ਤਾਲੁਕ ਬਣਦਾ ਉਸ ਬਾਰੇ ਗੱਲ ਕਰ ਰਿਹਾ ਕਿਉਂ ਕਿਉਂਕਿ ਜਦੋਂ ਆਪਾਂ ਕੰਪੇਅਰ ਕਰੀਏ ਤਾਂ ਦੇਖਦੇ ਹਾਂ ਅਸੀਂ ਕਿ ਇਹ ਤਾਂ ਮਹਿੰਦਾਬ ਰਾਜਾ ਪਖਸੇ ਦੀ ਕਹਾਣੀ ਹੈ ਤੁਸੀਂ ਦੇਖ ਲਓ ਕਿਵੇਂ ਰਾਜ ਕੀਤਾ ਇਹਦਾ ਮਹਿੰਦਾ ਗੋਟਾ ਬਾਹਰ ਰਾਜਾ ਪਖਸੇ ਉਹ ਰਾਸ਼ਟਰਪਤੀ ਸੀਗਾ ਮਹਿੰਦਾ ਰਾਜਾ ਪਖਸੇ ਉਹ ਪ੍ਰਧਾਨ ਮੰਤਰੀ ਸੀ ਇੱਕ ਭਰਾ ਇਹਨਾਂ ਦਾ ਉਹ ਵੀ ਜਦੋਂ ਸੀਗਾ ਹੋਰ ਮੰਤਰੀ ਸੀਗਾ ਪਤੀਜਾ ਦਾ ਸੀਗਾ ਉਹਨੂੰ ਕੋਈ ਹੋਰ ਅਹੁਦਾ ਦਿੱਤਾ ਹੋਇਆ ਸੀ ਤਕਰੀਬਨ ਤਕਰੀਬਨ ਜੇ ਦੇਖੀਏ ਤਾਂ ਬਹੁਤ ਸਾਰੇ ਮੰਤ్రਾਲੇ ਐਸੇ ਸੀ ਕਿ ਜਿਵੇਂ ਬਸ ਇਹਨਾਂ ਦਾ ਪਰਿਵਾਰ ਜਾਂ ਉਹਨਾਂ ਦਾ ਹੀ ਰਾਜ ਹੋਵੇ ਔਰ ਤੁਹਾਨੂੰ ਜਾਣ ਕੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਤਕਰੀਬਨ ਇਹਨਾਂ ਦੀ ਜਿਹੜੀ ਸੰਪਤੀ ਹੈ ਉਹ 1000 ਲੱਖ 1000 ਕਰੋੜ ਡਾਲਰ ਦੀ ਸੰਪਤੀ ਇਹਨਾਂ ਨੇ ਇਕੱਠੀ ਕਰ ਲਈ 1000 ਕਰੋੜ ਡਾਲਰ ਦੀ ਸੰਪਤੀ ਇਸ ਪਰਿਵਾਰ ਦੇ ਕੋਲ ਹੈ ਕਿਉਂਕਿ ਜਿੰਨੀਆਂ بندرگاہਾਂ ਹੋ ਗਈਆਂ ਜਿਨ੍ਹਾਂ ਦੇ ਹਵਾਈ ਅੱਡੇ ਹੋ ਗਏ ਜਿਨ੍ਹਾਂ 호텔 ਹੋ ਗਏ ਤਕਰੀਬਨ ਸਭ ਦੇ ਉੱਤੇ ਇਹਨਾਂ ਦਾ ਰਾਜ ਸੀ ਹੁਣ ਤੁਸੀਂ ਯਾਦ ਪੈਂਦਾ ਹੋਣਾ ਤੁਹਾਨੂੰ ਕਿ ਪੰਜਾਬ ਦੇ ਵਿੱਚ ਵੀ ਪਿਛਲੇ ਕੁਝ ਸਾਲਾਂ 'ਚ ਇਸ ਤਰ੍ਹਾਂ ਹੀ ਹੋਇਆ ਹੈ ਪਰਿਵਾਰ ਬਾਅਦ ਵਧਿਆ ਔਰ ਪਰਿਵਾਰਾਂ ਨੇ ਹੀ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਕਬਜ਼ੇ ਕੀਤੇ ਨੇ ਔਰ ਤੁਸੀਂ ਦੇਖੋ ਕਿ శ్రీలంਕਾ ਦਾ ਹਾਲ ਵੀ ਹੋਇਆ ਕਿ ਕਿ శ్రీలంਕਾ ਅੱਜ ਦੀ ਤਰੀਕ ਦੇ ਵਿੱਚ ਬਹੁਤ ਡੂੰਘੇ ਆਰਥਿਕ ਸੰਕਟ ਦੇ ਵਿੱਚ ਹੈ ਕਰਜ਼ਾ ਉਹਦੇ ਉੱਤੇ ਇੰਨਾ ਵਧਿਆ ਹੋਇਆ ਹੈ ਕਿ ਉਹ ਉਹਦੇ ਕੋਲ ਕੋਈ ਆਪਣਾ ਪੈਟਰੋਲ ਦੇਣ ਵਾਸਤੇ ਪੈਸੇ ਨਹੀਂ ਹਾਲਾਤ ਇੱਥੇ ਤੱਕ ਮਾੜੇ ਹੋ ਗਏ ਕਿ ਬੱਚਿਆਂ ਦੇ ਸਕੂਲਾਂ ਦੇ ਪੇਪਰ ਨਹੀਂ ਹੋਏ ਕਿਉਂਕਿ ਸਿਆਹੀ ਮੰਗਵਾਉਣ ਵਾਸਤੇ ਪੈਸੇ ਨਹੀਂ ਡੀਜ਼ਲ ਪੈਟਰੋਲ ਵਾਸਤੇ ਮਹੀਨੇ-ਮਹੀਨੇ ਉਥੇ ਲਾਈਨਾਂ ਲੱਗੀਆਂ ਹੋਈਆਂ ਨੇ ਔਰ ਜਨਤਾ ਦੁਖੀ ਹੈ ਤੁਸੀਂ ਦੇਖ ਪਰ ਜੇ ਦੇ ਆਪਾਂ ਕੰਪੇਅਰ ਕਰਦੇ ਹਾਂ ਨਾ ਕਿਉਂਕਿ ਮੈਂ ਜਦ ਗੱਲ ਕਰ ਰਿਹਾ ਨਾ শ্রীলঙ্কা ਦੀ ਤਾਂ ਗੱਲ ਮੈਂ ਪੰਜਾਬ ਦੇ ਕੰਟੈਕਸਟ ਵਿੱਚ ਗੱਲ ਕਰ ਰਿਹਾ ਤੁਸੀਂ ਦੇਖੋ ਜੇ ਪੰਜਾਬ ਤੇ শ্রীলੰਕਾ ਨੂੰ ਕੰਪੇਅਰ ਕਰੀਏ ਤਾਂ ਪੰਜਾਬ ਦਾ ਜਿਹੜਾ ਏਰੀਆ ਹੈ ਉਹ 50000 ਸਕਰ ਕਿਲੋਮੀਟਰ ਦੇ ਬਰਾਬਰ ਦਾ ਹੈ 50362 ਕਹਿੰਦੇ ਆ ਔਰ শ্রীলੰਕਾ ਦਾ ਜਿਹੜਾ ਏਰੀਆ ਹੈ ਕੋਈ 65000 ਜਿਹੜਾ ਸਿਕਾ 64610 ਸਕਰ ਕਿਲੋਮੀਟਰ ਦਾ ਏਰੀਆ ਹੈ ਤਕਰੀਬਨ ਤਕਰੀਬਨ ਬਰਾਬਰ ਬਰਾਬਰ ਦੀ ਗੱਲਾਂ ਨੇ ਇਹ ਔਰ ਜੇ ਆਪਾਂ ਗੱਲ ਕਰੀਏ ਇਹਨਾਂ ਦੀ ਕਰਜ਼ੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਉੱਤੇ ਅੱਜ ਦੀ ਤਰੀਕ ਦੇ ਵਜੇ 3 ਲੱਖ ਕਰੋੜ ਰੁਪਏ ਦਾ ਕਬਜ਼ ਕਰਜ਼ਾ ਹੈ ਔਰ শ্রীলঙ্কা ਦੇ ਉੱਤੇ ਜਿਹੜਾ ਕਰਜ਼ਾ ਹੈ ਉਹ 390000 ਕਿਉਂਕਿ ਅਪਰੋਕਸੀਮੇਟਲੀ 51 ਬਿਲੀਅਨ ਡਾਲਰ ਦਾ ਕਰਜ਼ਾ ਹੈ ਤਾਂ ਇੰਨਾ ਹੀ ਤਕਰੀਬਨ ਕਰਜ਼ਾ ਹੈ ਸੋ ਬਹੁਤ ਜ਼ਿਆਦਾ ਫਰਕ ਨਹੀਂ ਔਰ ਅੱਗੇ ਆਪਾਂ ਜੇ ਗੱਲ ਕਰੀਏ ਆਬਾਦੀ ਦੀ ਗੱਲ ਕਰੀਏ శ్రీਲੰਕਾ ਦੀ ਆਬਾਦੀ ਕੋਈ 2.2 ਕਰੋੜ ਦੇ ਵਿੱਚ ਵਿਚਾਲੇ ਹੈ ਪਰ ਪੰਜਾਬ ਦੀ ਆਬਾਦੀ ਅੱਜ ਦੀ ਤਰੀਕ ਦੇ ਵਿੱਚ ਆਪਾਂ ਕਹਿ ਸਕਦੇ ਆ 3 ਕਰੋੜ ਦੇ ਕਰੀਬ ਦੇ ਬਰਾਬਰ ਹੈ। ਦੈਟ ਮੀਨਸ ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜੀਡੀਪੀ ਵੀ ਤਕਰੀਬਨ ਨੇੜੇ ਤੜੀ ਖੜੀ ਹੈ ਆ ਦੋਨਾਂ ਦੇਸ਼ਾਂ ਦੀ ਇਹ ਪਰਦੇਸਾਂ ਦੀ ਪੰਜਾਬ ਪ੍ਰਦੇਸ਼ ਦੀ ਤੇ శ్రీਲੰਕਾ ਦੀ। ਸੋ ਜੇ ਆਪਾਂ ਅੱਜ ਦੀ ਤਰੀਕ ਤੇ ਗੱਲ ਕਰ ਰਹੇ ਆ ਤਾਂ ਇਸ ਕਰਕੇ ਗੱਲ ਕਰ ਰਹੇ ਆ ਕਿ ਇਹ ਹਾਲਾਤ ਸਾਨੂੰ ਦੱਸਦੇ ਨੇ ਕਿ ਅੱਜ শ্রীলঙ্কা ਦੇ ਵਿੱਚ ਇਹ ਹੋਇਆ ਤਾਂ ਕੱਲ ਪੰਜਾਬ ਦੇ ਵਿੱਚ ਇਹ ਹੋਣ ਹੋ ਸਕਦਾ ਹੈ ਪੰਜਾਬ ਦੇ ਹਾਲਾਤ ਵੀ ਇਸ ਤਰ੍ਹਾਂ ਹੀ ਖਰਾਬ ਹੋ ਸਕਦੇ ਨੇ ਔਰ ਖਰਾਬ ਕਿਉਂ ਹੋਏ ਨੇ ਜੇ ਉੱਥੇ ਮਹਿੰਦਾ ਰਾਜਾ ಪಕ್ಷੇ ਆ ਪਰਿਵਾਰ ਸੀਗਾ ਤਾਂ ਇੱਥੇ ਵੀ ਪਰਿਵਾਰਵਾਦ ਨੇ ਇਸ ਪ੍ਰਦੇਸ਼ ਦਾ ਬੇੜਾ ਗਰਖ ਕੀਤਾ ਔਰ ਤੁਸੀਂ ਦੇਖੋ ਕਿ 1980 ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਪੰਜਾਬ ਦੇ ਉੱਤੇ ਸਿਰਫ ਕਰਜ਼ਾ ਸੀ 1000 ਦਾ ਔਰ ਜਿਹੜਾ ਵੱਧ ਕੇ ਅੱਜ ਦੀ ਤਰੀਕ ਤੇ 3 ਲੱਖ ਕਰੋੜ ਦਾ ਹੋ ਗਿਆ ਹਰ ਸਾਲ ਤਕਰੀਬਨ 20 ਤੋਂ ਲੱਖੇ 25000 ਕਰੋੜ ਰੁਪਏ ਸਿਰਫ ਵਿਆਜ ਦੇ ਰਿਹਾ ਹੈ ਪੰਜਾਬ ਔਰ ਇਹ ਕੋਈ ਬਹੁਤ ਹੀ देर ਨਹੀਂ ਲਗਣੀ ਇਹਨੂੰ 4 ਲੱਖ ਕਰੋੜ ਹੁੰਦੇ ਆ ਕਿਉਂਕਿ ਕਿਸੇ ਦੇ ਕੋਲ ਨਾ ਤਾਂ ਇਹਨਾਂ ਨੇ ਕੋਈ ਸੋਲੂਸ਼ਨ ਲੱਭਿਆ ਹੈ ਦਾ ਨਾ ਕੋਈ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਗੱਲ ਇਹ ਹੈ ਕਿ ਅੱਜ ਜਿਹੜਾ ਵੀ ਕੋਈ ਪੰਜਾਬੀ ਜੰਮਦਾ ਹੈ ਪੰਜਾਬ ਦੇ ਵਿੱਚ ਕਿਸੇ ਵੀ ਬੱਚੇ ਦਾ ਜਨਮ ਹੁੰਦਾ ਹੈ ਤੁਸੀਂ ਵੀ ਜਾਂ ਉਸ ਬੱਚੇ ਨੇ ਵੀ ਉਹਦੇ ਉੱਤੇ 1 ਲੱਖ ਰੁਪਏ ਦਾ ਕਰਜ਼ਾ ਹੈ ਜਿਹੜਾ ਕਿ ਕਿਸੇ ਇਹ ਜਨਨਾਂ ਨੇ ਕਰਜ਼ੇ ਵਧਾਏ ਨੇ ਉਹਨਾਂ ਨੇ ਆਖੇ ਨਹੀਂ ਦੇਣਾ ਇਹ ਦੇਣਾ ਤੁਸੀਂ ਹੈ ਜਾਂ ਅਗਲੀਆਂ ਜਨਰੇਸ਼ਨਸ ਦੇ ਉੱਤੇ ਇਹ ਕਰਜ਼ਾ ਵਧ ਰਿਹਾ ਹੈ ਸੋ ਗੱਲ ਤਾਂ ਸੋਚਣ ਵਾਲੀ ਹੈ ਵਿਚਾਰਨ ਵਾਲੀ ਹੈ ਔਰ ਇਹ ਜਿਹੜੀ ਸਲਾਈਡ ਤੁਹਾਨੂੰ ਦਿਖਾ ਰਿਹਾ ਨਾ ਮੈਂ ਇਹ ਇਹ ਸਲਾਈਡ ਰਿਜ਼ਰਵ ਬੈਂਕ ਆਫ ਇੰਡੀਆ ਜਿਹੜਾ ਹੈ ਉਹਨਾਂ ਦੇ ਇੱਕ ਇਨਫੋਰਮੇਸ਼ਨ ਹੈ ਕਿ ਆਪ ਕੋ ਸਟੇਟਾ ਨੇ ਔਰ ਇਹਨਾਂ ਨੂੰ ਬਚਨ ਦੀ ਲੋੜ ਹੈ ਔਰ ਇਹਨਾਂ ਦੇ ਉੱਤੇ ਇੰਨਾ ਕਰਜ਼ਾ ਹੋ ਗਿਆ ਹੈ ਕਿ ਇਹਨਾਂ ਦੇ ਹਾਲਾਤ ਬਹੁਤ ਬਹੁਤ ਖਰਾਬ ਹੋਣ ਦੇ ਨਜ਼ਦੀਕ ਪਹੁੰਚੇ ਹੋਏ ਨੇ ਸੋ ਮੈਂ ਤਾਂ ਸਿਰਫ ਇਸ ਕਰਕੇ ਇਹ ਗੱਲ ਛਿੜੀ ਆ ਜਿ ਇਹ ਕਿ ਪੰਜਾਬੀਆਂ ਨੂੰ ਸੋਚਣ ਦੀ ਜ਼ਰੂਰਤ ਹੈ ਅੱਜ ਇਹ ਕੀ ਅਸੀਂ ਇਹਦੇ ਬਾਰੇ ਸੋਚ ਵਿਚਾਰ ਕਰ ਰਹੇ ਆ ਕਿ ਨਹੀਂ ਕਰ ਰਹੇ ਕੀ ਸਾਡੇ ਸਿਆਸਤਦਾਨ ਇਹਦੇ ਬਾਰੇ ਕੋਈ ਗੱਲ ਕਰਦੇ ਨੇ ਕਿ ਨਹੀਂ ਕਰਦੇ ਮੈਨੂੰ ਯਾਦ ਪੈਂਦਾ ਹੈ ਕਿ ਜਦੋਂ 17 ਦੇ ਵਿੱਚ ਕੈਪਟਨ ਸਰਕਾਰ ਆਈ ਸੀ ਤਾਂ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਕਰਜ਼ਾ ਵੱਧ ਰਿਹਾ ਅਸੀਂ ਕੋਸ਼ਿਸ਼ ਕਰਾਂਗੇ ਕਿ ਕਰਜ਼ੇ ਨੂੰ ਉਸ ਵੇਲੇ ਕੋਈ 2 ਲੱਖ ਦਾ ਕਰਜ਼ਾ ਸੀਗਾ 2 ਲੱਖ 17 ਹਜ਼ਾਰ ਜਿਵੇਂ ਠੀਕ ਪੈਂਦਾ ਹੋਵੇ ਜਿਹੜਾ ਕਿ ਅੱਜ ਵਧ ਕੇ 3 ਲੱਖ ਹੋ ਗਿਆ ਔਰ ਇਹਦਾ ਮਤਲਬ ਕਿ ਇਹ ਹੋਇਆ ਕਿ ਇਹਨਾਂ ਨੇ ਕਿਹਾ ਕੁਝ ਹੋਰ ਪਰ ਕੀਤਾ ਕੁਝ ਹੋਰ ਕਰਜ਼ਾ ਘਟਿਆ ਨਹੀਂ ਕਰਜ਼ਾ ਵਧੇ ਹੀ ਵਧਿਆ ਹੈ ਔਰ ਇਹਦਾ ਮਤਲਬ ਕਿ ਪੰਜਾਬੀਆਂ ਨੂੰ ਅੱਜ ਦੇ ਤੁਹਾਨੂੰ ਆਪਣੀ ਸੱਥਾਂ ਵਿੱਚ ਆਪਣੇ ਮੋਹੱਲਿਆਂ 'ਚ ਆਪਣੀਆਂ ਗਲੀਆਂ 'ਚ ਇਹ ਗੱਲ ਕਰਨੀ ਪੈਗੀ ਸੋਚਣੀ ਪੈਗੀ ਕਿਉਂ ਕਿਉਂਕਿ ਇਹਦੇ ਅਨਜਾਮ ਮਾੜੇ ਨਿਕਲਨੇ ਨੇ ਜੇ ਇਹ ਕਰਜ਼ਾ ਨਾ ਵਧਣੋਂ ਹਟਿਆ ਤਾਂ ਇਹਦਾ ਰਿਜ਼ਲਟ ਕੀ ਨਿਕਲੇਗਾ ਇਹਦਾ ਰਿਜ਼ਲਟ ਕਿ ਬਹੁਤ ਮਾੜਾ ਨਿਕਲੇਗਾ ਮੈਂ ਫੇਰ ਤੁਹਾਡੇ ਨਾਲ ਕਿਤੇ ਗੱਲ ਕਰਾਂ ਕਿਉਂ ਕਿ ਇੱਥੇ ਜਿਹੜੀ ਗੱਲ ਦਿਖੀ ਨਾ ਰਿਜ਼ਰਵ ਬੈਂਕ ਨੇ ਹਾਈ ਡੈਟ ਐਂਡ ਫਰੀਬੀਜ਼ ਪੋਰ ਸਪੈਂਡਿੰਗ ਪ੍ਰਾਇੋਰਟੀਜ਼ ਇਹਦੇ ਬਾਰੇ ਗੱਲ ਕਰਨ ਦੀ ਜ਼ਰੂਰਤ ਹੈਗੀ ਸਾਨੂੰ ਸੋ ਇਹਨਾਂ ਚੀਜ਼ਾਂ ਬਾਰੇ ਵੀ ਫੇਰ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਤਾਂ ਇਹ ਸੋਚੀਏ ਕਿ ਕੀ ਅਸੀਂ ਇੰਨੇ ਜਾਗਰੂਕ ਹੋ ਰਹੇ ਹਾਂ ਔਰ ਆਪਣੇ ਨੇਤਾਵਾਂ ਨੂੰ ਵੀ ਜਾਗਰੂਕ ਕਰ ਰਹੇ ਹਾਂ ਕਿ ਇਸ ਚੀਜ਼ਾਂ ਨੂੰ ਚੀਜ਼ਾਂ ਨੂੰ ਰੋਕਣਾ ਹੈ ਤਾਂ ਰੋਕਣਾ ਕਿਵੇਂ ਹੈ ਨਹੀਂ ਤਾਂ ਫੇਰ ਗੱਲ ਉਹੀ ਕਿ ਇਹਦੇ ਨਤੀਜੇ ਮਾੜੇ ਨਿਕਲਣਗੇ ਔਰ ਉਹ ਨਤੀਜਾ ਭੁਗਤਣਾ ਪੈਣਾ ਤਾਂ ਜਨਤਾ ਨੂੰ ਭੁਗਤਣਾ ਪੈਣਾ ਤੁਹਾਨੂੰ ਭੁਗਤਣਾ ਪੈਣਾ ਅਸੀਂ ਤਾਂ ਲੰਘ ਲਈ ਜਿਹੜੀ ਸਾਡੀ ਲੰਘਣੀ ਸੀਗੀ ਪਰ ਜਿਹੜੀ ਆਉਣ ਵਾਲੀ ਪੀੜ੍ਹੀਆਂ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਕਸ਼ਟ ਆਏਗਾ ਜੇ ਅਸੀਂ ਅੱਜ ਇਹਦੇ ਉੱਤੇ ਵਿਚਾਰ ਨਹੀਂ ਕਰਾਂਗੇ